ਮੈਂ ਤਾਂ ਲਿਖਦਾ ਹੀ ਨਹੀਂ ਸੀ ਹੁੰਦਾ ਜੀ, ਮੈਂ ਤਾਂ ਗਾਉਂਦਾ ਹੁੰਦਾ ਜੀ ਮਾੜਾ ਮੋਟਾ, ਜਿਹੜਾ ਗਾਉਂਦਾ ਸੀਗਾ। ਮੈਂ ਤਾਂ ਗਾਣਾ ਲੈਣ ਗਿਆ ਸੀ ਕਿਸੇ ਕੋਲ, ਮੈਂ ਤੁਰਿਆ ਫਿਰਦਾ ਰਿਹਾ ਵੀ ਬਾਈ ਦੇ ਦੋ ਦੇ ਦੋ, ਕਹਿੰਦਾ ਬਾਈ ਆ ਜਾ ਆ ਜਾ। ਫਿਰ ਮੈਂ ਉਦਣ ਉਹਨਾਂ ਦੇ ਚੰਡੀਗੜ੍ਹ ਸੀ, ਮੈਂ ਗੇਟ ਦੀ ਤਿਆਰੀ ਕਰ ਰਿਹਾ ਸੀ, ਬਾਈ ਕਹਿੰਦਾ ਆ ਜਾ ਪਿੰਡ ਆ ਜਾ। ਉੱਥੇ ਮੀਂਹ ਪੈ ਰਿਹਾ ਸੀ ਬਹੁਤ ਜ਼ਿਆਦਾ, ਪਿੰਡ ਦੀ ਪਰਛੱਤੀ ਵੀ ਨਹੀਂ ਸੀਗੀ, ਉੱਥੇ ਮੀਂਹ ਪਈ ਜਾਂਦਾ। ਮਾਂ ਬਾਈ ਆ ਜਾ, ਕਹਿੰਦਾ ਬਾਈ ਯਾਰ ਮੀਂਹ ਪੈ ਰਿਹਾ ਯਾਰ ਤੂੰ ਚਲਾ ਜਾ। ਉਦਣ ਮੈਂ ਮੀਂਹ 'ਚ ਭਿੱਜੀ ਜਾਵਾਂ, ਅੱਖਾਂ 'ਚੋਂ ਪਾਣੀ ਆਈ ਜਾਵੇ ਵੀ ਯਾਰ ਗਲਤ ਹੋ ਗਿਆ ਕੰਮ। ਉਹ ਪੁਆਇੰਟ 'ਤੇ ਯਾਨੀ ਕਿ ਮੇਰੀ ਅੱਖਾਂ 'ਚੋਂ ਪਾਣੀ ਨਿਕਲਿਆ ਉਦਣ। ਮੈਂ ਕਿਹਾ ਯਾਰ ਵੀ ਮੈਂ ਬਹੁਤ ਦੂਰੋਂ ਆਇਆ ਸੀ, ਮੀਂਹ ਪਈ ਜਾਂਦਾ ਸੀ, ਕੱਪੜੇ ਭਿੱਜੀ ਜਾਂਦੇ। ਉਦਣ ਮੈਂ ਸੋਚਿਆ ਮੈਂ ਕਿਹਾ ਮਨ ਆ ਅੱਜ ਸਹੁੰ ਖਾਧੀ ਹੈ, ਨਾ ਕਿਸੇ ਦਾ ਲਿਖਿਆ ਗਾਵਾਂ ਅਤੇ ਭਲਾਂ ਦੀ ਬਣ ਜਾਂ ਭਲਾਂ ਦੀ ਫੇਲ ਹੋ ਜਾਂ, ਆਪਦਾ ਲਿਖੂੰਗਾ। ਮੈਂ ਪੰਜਵੀਂ ਕਲਾਸ 'ਚ ਸੀਗਾ ਜਦੋਂ ਮੈਂ ਵਾਰ ਗਾਉਂਦਾ ਹੁੰਦਾ ਸੀ, ਬੰਦਾ ਸਿੰਘ ਬਹਾਦਰ ਦੀ ਵਾਰ, ਉਧਮ ਸਿੰਘ ਨੇ ਫੋਕ ਕੰਪੀਟੀਸ਼ਨ ਲੜੇ। ਆਫਟਰ ਡੈਟ ਮੈਂ ਕਾਲਜ 'ਚ ਗਿਆ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ, ਫਿਰ ਉੱਥੇ ਸਟਾਰਟ ਹੋਇਆ ਉਹੀ ਸਿਲਸਿਲਾ। ਜੇ ਮੈਂ ਮਾੜਾ ਜਿਹਾ ਸਕੂਲ 'ਚ ਗਾਉਣ ਲੱਗਿਆ ਤਾਂ ਜੇ ਸ਼ਾਇਦ ਮੈਂ ਕਿਤੇ ਉੱਥੇ ਹੀ ਰਹਿ ਜਾਂਦਾ, ਜਾਂ ਮਾਂ ਪਿਓ ਮੇਰੇ ਤਾਂ ਇੰਨੀ ਮਿਹਨਤ ਕਰਵਾਉਂਦੇ ਤਾਂ ਸ਼ਾਇਦ ਮੈਂ